ਫਤਿਆਬਾਦ ਵਿੱਚ ਨਗਰਪਾਲਿਕਾ ਚੋਣਾਂ ਵਿੱਚ ਗਰਗ ਪਰਿਵਾਰ ਨੇ 2 ਸੀਟਾਂ ਤੇ ਮਾਰੀ ਬਾਜ਼ੀ ਵਾਰਡ ਨੰਬਰ 18 ਚ ਸਨੇਹਾ ਲਤਾ ਅਤੇ ਵਾਰਡ ਨੰਬਰ 24 ਅਨਿਲ ਗਰਗ ਦੋਨਾਂ ਸੀਟਾਂ ਨੂੰ ਜਿੱਤ ਕੇ ਪਤੀ-ਪਤਨੀ ਨੇ ਰਿਕਾਰਡ ਕਾਇਮ ਕੀਤਾ ਹੈ ਅਤੇ ਉਹਨਾਂ ਦੇ ਪੁੱਤਰ ਰਾਹੁਲ ਗਰਗ ਨੇ ਕਿਹਾ ਹੈ ਕਿ 18 ਅਤੇ ਵਾਰਡ ਨੰਬਰ 24 ਦੀ ਜਨਤਾ ਨੇ ਜਿਵੇਂ ਉਹਨਾਂ ਤੇ ਵਿਸ਼ਵਾਸ ਕਰਕੇ ਦੋਨਾਂ ਸੀਟਾਂ ਤੇ ਜਿੱਤ ਦਿਵਾਈ ਹੈ ਉਹਨਾਂ ਦੀਆਂ ਉਮੀਦਾਂ ਤੇ ਉਹ ਖਰਾ ਉਤਰਨਗੇ ਅਤੇ ਦੋਵਾਂ ਵਾਰਡਾਂ ਦੀ ਸੇਵਾ ਤਨਦੇਹੀ ਨਾਲ ਕਰਨਗੇ ਜੋ ਵੀ ਵਾਰਡ ਵਿੱਚ ਸਮੱਸਿਆਵਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਜਦੋਂ ਵੀ ਵਾਰਡ ਵਾਸੀ ਉਹਨਾਂ ਨੂੰ ਅੱਧੀ ਰਾਤ ਨੂੰ ਵੀ ਫੋਨ ਕਰਨਗੇ ਅਤੇ ਉਹਨਾਂ ਦੀ ਸੇਵਾ ਵਿੱਚ ਗਰਗ ਪਰਿਵਾਰ ਹਮੇਸ਼ਾ ਹੀ ਹਾਜ਼ਰ ਰਹੇਗਾ